ਸਾਡਾ ਮੁੱਦਾ ਸੁਖਵੀਰ ਬਾਦਲ ਨਹੀਂ ਆ ਸਾਡਾ ਮੁੱਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਈ ਆ ਪੰਜਾਬ ਦਾ ਜਿਹੜਾ ਏਜੰਡਾ ਵਾ ਉਹਦੇ ਉੱਤੇ ਆ ਔਰ ਉਹਦੇ ਵਿੱਚ ਅਗਰ ਸੁਖਵੀਰ ਬਾਦਲ ਦੋਸ਼ੀ ਹੋਣਗੇ ਤੇ ਉਹਨਾਂ ਨੂੰ ਸਜ਼ਾ ਮਿਲੂਗੀ ਨਹੀਂ ਦੋਸ਼ੀ ਹੋਣਗੇ ਤੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਜੰਨੀਜ਼ਾ ਇੱਕ ਡਮੀ ਸਿਆ ਬਣਾਇਆ ਗਿਆ ਖਿੱਚੋ ਤਾਂ ਤਾਂ ਸੁਖਜਿੰਦਰਨ ਦਾਵਾ ਤੇ ਨਵਜੋਤ ਸਿੰਘ ਸਿੱਧੂ ਕਰ ਰਿਹਾ ਇਹਨਾਂ ਨੇ ਉਹਨੂੰ ਚੱਲਣ ਨਹੀਂ ਦੇਣਾ ਅਗਰ ਤਾਂ ਕੌਣ ਉਹਨੂੰ ਡਿਸੀਡ ਕਰਨ ਵਾਲੇ ਸਾਡੀ ਪਾਰਟੀ ਦੇ ਫੈਸਲੇ ਸਾਡੀ ਪਾਰਟੀ ਦੀ ਸਟ੍ਰੈਟਜੀ ਸਾਡੀ ਪਾਰਟੀ ਨੇ ਇਹ ਫੈਸਲਾ ਕਰਨਾ ਉਹਨਾਂ ਦਾ ਕਹਿੰਦੇ ਅਸੀਂ ਕਹਿ ਸਕਦੇ ਹਾਂ ਵੀ ਤੁਸੀਂ ਆਪਣਾ ਕਹਿੰਦੇ ਸੁਖਵੀਰ ਬਾਦਲ ਫੇਸ ਨਹੀਂ ਆ ਕਿਸੇ ਹੋਰ ਨੂੰ ਅਨਾਉਂਸ ਕਰੋ ਫੇਸ ਦੇਖੋ ਇਹ ਇਹ ਅਫਸਰਾਂ ਦੇ ਵਿੱਚ ਕਿ ਕਿਉਂਕਿ 3 ਮਹੀਨੇ ਦਾ ਸਮਾਂ ਵਾ ਉਸ ਹੱਬ ਨਾਲ ਸੋਚ ਸਮਝ ਕੇ ਫੈਸਲੇ ਕਰਨੇ ਪੈਣੇ ਆ ਕਿ ਕਿਾਰੇ ਵੀ ਹਾਈ ਕਮਾਂਡ ਡਿਕਟੇਟ ਕਰ ਰਹੀ ਹੈ ਵੀ ਫਿਰ ਪੰਜਾਬ ਦੇ ਲੀਡਰਾਂ ਇੱਥੇ ਕੋਈ ਸੇ ਨਹੀਂ ਰਹੀ ਸਲਾਹ ਕਰ ਰਹੇ ਆ ਉਹਨਾਂ ਨੂੰ ਆਪਣੀ ਗੱਲ ਰੱਖ ਰਹੇ ਆ ਉਹਨਾਂ ਦੀ ਗੱਲ ਸੁਣ ਰਹੇ ਆ ਕਿਉਂਕਿ ਅਲਟੀਮੇਟ ਉਹ ਡਿਸਾਈਡ ਕਰਦੇ ਆ ਕੋਈ ਇੱਥੋਂ ਲੀਡਰ ਆ ਕੋਈ ਡਿਸਕਰੈਂਟਲ ਲੀਡਰ ਆ ਉਹ ਦਿੱਲੀ ਵਾਲਿਆਂ ਨੂੰ ਜਾ ਕੇ ਕਹਿੰਦੇ ਮੇਰੀ ਸੁਣਵਾਈ ਨਹੀਂ ਹੋ ਰਹੀ ਕਰ ਕਰ ਰਿਹਾ ਪੀਸੀ ਪ੍ਰਧਾਨ ਦਾ ਯਾਹੋ ਇਜ਼ਤਮਾਨ ਕਰ ਰਿਹਾ ਦਿੱਲੀ ਲੀਡਰਸ਼ਿਪ ਦਾ ਤੇ ਆਪਾਂ ਇਹਨੂੰ ਕੈਪੇਬਿਲਟੀ ਵੱਲ ਜਾਈਏ ਅਮਰਜੀਤ ਸਿੰਘ ਸੰਧਵਾ ਜੋਇਨ ਕਰਾਇਆ ਗਏ ਸੀ ਆਮ ਆਦਮੀ ਪਾਰਟੀ ਚ ਮੇਰੇ ਉਲਟ ਇਲੈਕਸ਼ਨ ਲੜੇ ਸੀ ਸਾਡੀ ਨਹੀਂ ਮੰਦੀ ਸੀ ਲੇਕਿਨ ਕੈਪਟਨ ਸਾਹਿਬ ਨੇ ਕਿਹਾ ਵੀ ਨੂੰ ਜੋਇਨ ਕਰਾਣਾ ਅਸੀਂ ਸਿਰ ਮੱਥੇ ਰੱਖ ਕੇ ਉਹਨਾਂ ਨੂੰ ਜੋਇਨ ਕਰਾਇਆ ਅਸੀਂ ਵੀ ਇਹੀ ਆਪਣੇ ਲੀਡਰ ਵੱਡਿਆਂ ਤੋਂ ਐਕਸੈਪਟ ਕਰਦੇ ਆਂ ਵੀ ਜਿਨ੍ਹਾਂ ਨੂੰ ਤੁਸੀਂ ਲੀਡਰ ਮੰਨਦੇ ਹੋ ਉਹਨਾਂ ਦੀ ਮੱਦੇਨਜ਼ਰ ਰੱਖਦੇ ਹੋਏ ਉਹ ਫੈਸਲਾ ਆਪਾਂ ਨੂੰ ਕਰ ਲੈਣਾ ਚਾਹੀਦਾ ਵੱਡੇ ਪਲੇਅਰ ਨੇ ਪੰਜਾਬ ਪੰਜਾਬ ਦੀ ਪੋਲਿਟਿਕਸ ਕੀ ਉਹ ਐਮਐਲਏ ਖਿੱਚ ਕੇ ਲੈ ਕੇ ਜਾ ਸਕਦੇ ਆ ਆਪਣੀ ਪਾਰਟੀ ਬਣਾ ਸਕਦੇ ਤੇ ਫਿਰ ਨੁਕਸਾਨ ਉਹ ਕਾਂਗਰਸ ਕੈਪਟਨ ਨਿਮਿੰਦਰ ਸਿੰਘ ਦਾ ਇਤਿਹਾਸ ਤਾਂ ਰਿਹਾ ਹੀ ਆ ਤੁਸੀਂ ਇਤਿਹਾਸ ਨੂੰ ਉਹਨਾਂ ਦੇ ਨੂੰ ਡਿਨਾਈ ਨਹੀਂ ਕਰ ਸਕਦੇ ਔਰ ਕੈਪਟਨ ਨਿਮਿੰਦਰ ਸਿੰਘ ਸ਼ੁਰੂ ਤੋਂ ਮੁੱਦਿਆਂ ਤੇ ਲੜਦੇ ਰਹੇ ਆ ਉੱਦ ਹੈ ਜਿਹੜਾ ਉਹ ਹੱਲ ਨਹੀਂ ਹੁੰਦਾ ਫਿਰ ਬਹੁਤ ਵੀ ਆ ਔਰ ਬਹੁਤ ਨਹੀਂ ਵੀ ਆ ਅਗਰ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਨਿਯਤ ਵਿਖਣੀ ਚਾਹੀਦੀ ਸਕੇ ਲੋਕਾਂ ਨੂੰ ਤੁਹਾਡੇ ਹਿਸਾਬ ਨਾਲ ਕੈਬਨਿਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਕਿੰਨੇ ਕਿੰਨੇ ਨੁਮਾਇੰਦਗੀ ਹੋਣੀ ਚਾਹੀਦੀ ਯੂਟੀ ਉਹ ਭੱਜਦਾ ਵੀ ਚਾਰ ਗੁਣਾ ਸਪੀਡ ਨਾਲ ਵੀ ਵੇਖੋ ਮੁੱਖ ਮੰਤਰੀ ਨੌਜਵਾਨ ਬਣੇ ਆ ਮੇਰੇ ਸਾਹਬ ਨਾਲ ਜਿੱਦਾਂ ਦੇ ਬਣੇ ਆ ਉਹ ਸਾਹ ਹੀ ਨਹੀਂ ਲੈ ਰਹੇ ਉਹ ਆਪਣਾ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਮਤਲਬ ਮੈਨੂੰ ਪਤਾ ਨਹੀਂ ਚੱਲ ਰਿਹਾ ਕਿਸ ਟਾਈਮ ਸੌ ਰਿਹਾ ਕਦੋਂ ਜਾਗ ਰਿਹਾ ਪਰ ਉਹ ਭੱਜੇ ਫਿਰ ਰਿਹਾ ਕਿਉਂਕਿ ਜੋਸ਼ ਆ ਨੌਜਵਾਨਾਂ 'ਚ ਦੇਖੋ ਯਸੀਮ ਸਾਹਿਬ ਨੂੰ ਲੇਕਿਨ ਤਿੰਨ ਦਿਨ ਚੋਣਾਂ ਕਮਾਲ ਕਰ ਦਿੱਤੀ ਇਹਦੇ ਅੰਦਰ ਕੋਈ ਦੋਰਾ ਨਹੀਂ ਆ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੇ ਬਖੂਬੀ ਮਤਲਬ ਹਰ ਹਰ ਐਸਪੈਕਟ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਵੀ ਜਦੋਂ ਕਾਂਗਰਸ ਦੇ ਨਵੇਂ ਸੀਐਮ ਬਣਿਆ ਉਹ ਅਫਸਰਾਂ 'ਚ ਮੈਰਿਟ ਨਹੀਂ ਦੇਖ ਰਹੇ ਉਹ ਸਿਰਫ ਇਹ ਦੇਖ ਰਹੇ ਆ ਵੀ ਕਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲੀ ਦੇ ਲੀਡਰਾਂ ਨੂੰ ਬਾਦਲ ਪਰਿਵਾਰ ਨੂੰ ਅੰਦਰ ਕਰੂਗਾ ਇਸੀ ਬਿਆਨ ਉੱਤੇ ਅਸੀਂ ਗੱਲਬਾਤ ਕਰਾਂਗੇ ਯੂਥ ਦੇ ਪ੍ਰਧਾਨ ਪੰਜਾਬ ਕਾਂਗਰਸ ਦੇ ਬਰਿੰਦਰ ਢਿੱਲੋਂ ਨਾਲ ਢਿੱਲੋਂ ਸਾਹਿਬ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਹੈ ਵੀ ਮੈਰਿਟ ਤਾਂ ਇਗਨੋਰ ਹੀ ਕੀਤੀ ਜਾ ਰਹੀ ਹੈ ਕੰਪਲੀਟਲੀ ਚਰਨਜੀਤ ਚੰਨੀ ਵੱਲੋਂ ਜਾਂ ਹੋਰ ਕਾਂਗਰਸ ਵੱਲੋਂ ਤੇ ਅਫਸਰ ਨੂੰ ਇਹ ਕਿਹਾ ਜਾ ਰਿਹਾ ਵੀ ਜਿਹੜਾ ਅਕਾਲੀ ਦਲ ਦੇ ਲੀਡਰ ਨੂੰ ਅੰਦਰ ਦਊਗਾ ਉਹ ਉਹਨੂੰ ਲਾਇਆ ਜਾਊਗਾ ਸੁਖਬੀਰ ਬਾਦਲ ਨੇ ਜਦੋਂ ਅਫਸਰ ਲਾਏ ਸੀ ਕੀ ਸੋਚ ਕੇ ਲਾਏ ਸੀ ਉਹਨਾਂ ਨੂੰ ਹਮੇਸ਼ਾ ਦੂਜਿਆਂ ਦੀ ਕਮੀਆਂ ਪੇਸ਼ੀਆਂ ਬਹੁਤ ਛੇਤੀ ਉਹਨਾਂ ਨੂੰ ਕਹਿੰਦਾ ਛੇਤੀ ਡਰੋ ਨਾ ਅਗਰ ਤੁਸੀਂ ਕੁਝ ਗਲਤ ਨਹੀਂ ਕੀਤਾ ਤਾਂ ਘਬਰਾਣ ਦੀ ਲੋੜ ਨਹੀਂ ਔਰ ਔਰ ਇਹੋ ਜੇ ਕਰਕੇ ਇੱਕ ਮਾਹੌਲ ਖਰਾਬ ਕਰਨਾ ਇਹ ਕਾਲੀਦਲ ਕਰ ਸਕਦਾ ਕਿਉਂਕਿ ਹੋਰ ਕੀ ਕਹਿਣਾ ਅੱਜ ਅੱਜ ਉਹਨਾਂ ਦੇ ਏਜੰਡੇ ਸਾਰੇ ਖਤਮ ਹੋ ਚੁੱਕੇ ਆ ਅੱਜ ਉਹਨਾਂ ਦੇ ਕੋਲ ਕੋਈ ਹੋਰ ਗੱਲ ਕਹਿਣ ਨੂੰ ਨਹੀਂ ਰਹੀ ਸੋ ਇਸ ਕਰਕੇ ਇਸ ਇਹਦੇ ਬਾਰੇ ਸੋਚ ਵਿਚਾਰ ਕੇ ਬੋਲਣ ਔਰ ਫੇਰ ਹੀ ਇਸ ਚੀਜ਼ ਦੇ ਉੱਤੇ ਟਿੱਪਣੀਆਂ ਕਰਨ ਅਫਸਰਾਂ ਵਾਲੇ ਲੱਗੇ ਨਹੀਂ ਅਫਸਰਾਂ ਉਹਨਾਂ ਨੂੰ ਕਿਤੇ ਅੰਦਰ ਬੈਠੇ ਮੀਟਿੰਗਾਂ ਤੋਂ ਪਤਾ ਚੱਲ ਰਿਹਾ ਉਹਨਾਂ ਨੂੰ ਅਫਸਰਾਂ ਨਾਲ ਦੱਸ ਰਿਹਾ ਜਾਂ ਕੋਣ ਦੱਸ ਰਿਹਾ ਸੋ ਇਸ ਕਰਕੇ ਬੇਤੁਕੀਆਂ ਗੱਲਾਂ ਵਾ ਸਾਡਾ ਮੁੱਦਾ ਸੁਖਵੀਰ ਬਾਦਲ ਨਹੀਂ ਆ ਸਾਡਾ ਮੁੱਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਈ ਆ ਪੰਜਾਬ ਦਾ ਜਿਹੜਾ ਏਜੰਡਾ ਵਾ ਉਹਦੇ ਉੱਤੇ ਆ ਔਰ ਉਹਦੇ ਵਿੱਚ ਅਗਰ ਸੁਖਬੀਰ ਬਾਦਲ ਦੋਸ਼ੀ ਹੋਣਗੇ ਤੇ ਉਹਨਾਂ ਨੂੰ ਸਜ਼ਾ ਮਿਲੂਗੀ ਨਹੀਂ ਦੋਸ਼ੀ ਹੋਣਗੇ ਤੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕੋਈ ਵੀ ਗੱਲ ਕਹਿ ਰਿਹਾ ਵੀ ਚੰਨੀ ਤਾਂ ਇੱਕ ਡਮੀ ਸੀਆ ਬਣਾਇਆ ਗਿਆ ਖਿੱਚੋ ਤਾਂ ਤਾਂ ਸੁਖਜਿੰਦਰ ਰੰਦਾਵਾ ਤੇ ਨਵਜੋਤ ਸਿੰਘ ਸਿੱਧੂ ਕਰ ਰਿਹਾ ਇਹਨਾਂ ਨੇ ਉਹਨੂੰ ਚੱਲਣ ਨਹੀਂ ਦੇਣਾਗਾ ਜੇ ਵਾਕਈ ਚਰਨਜੀਤ ਚੰਨੀ ਫੇਸ ਨੇ ਤਾਂ ਉਹਨੂੰ ਅਨਾਉਂਸ ਕੀਤਾ ਜਾਵੇ ਇਹ ਉਹ ਕੌਣ ਨੇ ਡਿਸਾਈਡ ਕਰਨ ਵਾਲੇ ਸਾਡੀ ਪਾਰਟੀ ਦੇ ਫੈਸਲੇ ਸਾਡੀ ਪਾਰਟੀ ਦੀ ਸਟਰੈਟਜੀ ਸਾਡੀ ਪਾਰਟੀ ਨੇ ਇਹ ਫੈਸਲਾ ਕਰਨਾ ਉਹਨਾਂ ਨੇ ਕਹਿੰਦੇ ਅਸੀਂ ਕਹਿ ਸਕਦਾ ਹਾਂ ਵੀ ਤੁਸੀਂ ਆਪਣਾ ਕਹਿੰਦੇ ਸੁਖਵੀਰ ਬਾਦਲ ਫੇਸ ਨਹੀਂ ਆ ਕਿਸੇ ਹੋਰ ਨੂੰ ਅਨਾਉਂਸ ਕਰੋ ਫੇਸ ਅੱਜ ਉਹ ਪ੍ਰਕਾਸ਼ ਸਿੰਘ ਬਾਦਲ ਦੀ ਹੱਦ ਤੱਕ ਟਿਕਟ ਅਨਾਉਂਸ ਨਹੀਂ ਕਰਦੇ ਤੇ ਸਾਡੇ ਤੋਂ ਪੁੱਛੀ ਜਾਂਦੇ ਵੀ ਸੀਆਂ ਅਨਾਉਂਸ ਕਰਦੀ ਐ ਸੋ ਇਹ ਸਾਡੀ ਪਾਰਟੀ ਦਾ ਫੈਸਲਾ ਵਾ ਸਾਡੇ ਅਸੀਂ ਸਟਰੈਟਜੀਕਲੀ ਅਸੀਂ ਜਿਸ ਤਰੀਕੇ ਨਾਲ ਸਾਨੂੰ ਜੋ ਲੋਕਾਂ ਦੀ ਆਵਾਜ਼ ਹੋਊਗੀ ਲੋਕਾਂ ਦੀ ਮੱਦੇਨਜ਼ਰ ਹੋਊਗੀ ਉਹ ਫੈਸਲਾ ਕਰਾਂਗੇ ਰਵਿੰਦਰ ਢਿੱਲੋਂ ਜਿਵੇਂ ਦੇਖਿਆ ਜਾ ਰਿਹਾ ਏਜੀ ਦਾ ਨਾਮ ਪਹਿਲਾਂ ਪਟਵਾਲੀਆ ਦਾ ਆਇਆ ਹ ਹੁਣ ਨਾਮ ਚਰਚਾ ਚ ਆ ਗਏ ਨੇ ਕਿਤਨਾ ਕਿਤੇ ਕਈ ਅਫਸਰਾਂ ਤੇ ਵੀ ਕਿਹਾ ਜਾ ਰਿਹਾ ਪਰ ਡੀਜੀਪੀ ਦੇ ਕਾਫੀ ਨਾਮ ਫਲੋਟ ਹੋ ਚੁੱਕੇ ਨੇ ਪਰ ਸਹਿਮਤੀ ਨਹੀਂ ਬੰਦੀ ਨਜ਼ਰ ਹਜੇ ਵੀ ਕੀ ਪਿੱਛੇ ਬੈਕਗਰਾਉਂਡ ਚ ਖਿੱਚੋ ਤਾਂ ਚੱਲ ਰਹੀ ਹੈ ਦੇਖੋ ਇਹ ਅਫਸਰਾਂ ਦੇ ਵਿੱਚ ਕਿ ਕਿਉਂਕਿ 3 ਮਹੀਨੇ ਦਾ ਸਮਾਂ ਵਾ ਉਸ ਹਾਬ ਨਾਲ ਸੋਚ ਸਮਝ ਕੇ ਫੈਸਲੇ ਕਰਨੇ ਪੈਣੇ ਆ ਕਿਉਂਕਿ ਡਿਲੀਵਰੀ ਦੀ ਵੀ ਟਾਈਮ ਆ ਔਰ ਡਿਲੀਵਰੀ ਦੀ ਲੋਡ ਵੀ ਆ ਪਾਰਟੀ ਨੂੰ ਸੋ ਇਸ ਕਰਕੇ ਇਹ ਇਹ ਇਸ਼ੂਜ਼ ਜਿਹੜੇ ਆ ਇਹ ਗਵਰਨਮੈਂਟ ਲੈਵਲ ਤੇ ਇਸ਼ੂਜ਼ ਆ ਔਰ ਗਵਰਨਮੈਂਟ ਦਾ ਪ੍ਰੈਰੋਗੇਟਿਵਾ ਸੋ ਗਵਰਨਮੈਂਟ ਆਪਣੀ ਲੋਡ ਦੇ ਮੁਤਾਬਕ ਆਪਣੀ ਸਮਝ ਦੇ ਮੁਤਾਬਕ ਹੋਰ ਆਪਣੇ ਆਉਣ ਵਾਲਾ ਜਿਹੜਾ ਫਿਊਚਰ ਕੋਰਸ ਆ ਉਹਦੇ ਹਿਸਾਬ ਨਾਲ ਅਫਸਰ ਡਿਸਾਈਡ ਕਰ ਰਹੀ ਆ ਨਾ ਕਿ ਕੋਈ ਪਾਰਟिकुलर ਕਿਸੇ ਇੰਡੀਵਿਜੂਅਲ ਦੀ ਕੋਈ ਖਿੱਚ ਤਾਨੀ ਆ ਕੋਈ ਇਹਦੇ ਉੱਤੇ ਇਹ ਏਜੰਡਾ ਕਿਉਂਕਿ ਪੰਜਾਬ ਨੂੰ ਡਿਲੀਵਰੀ ਦੀ ਲੋੜ ਆ ਪੰਜਾਬ ਦੇ ਵਿੱਚ ਗੱਲ ਕਰਨੀ ਆ ਸੋ ਉਸ ਹਿਸਾਬ ਨਾਲ ਫੈਸਲਾ ਕਰ ਰਹੇ ਕੈਪਟਨ ਮਿੰਦਰ ਸਿੰਘ ਨੇ ਸਾਨੂੰ ਪਤਾ ਟਵੀਟ ਕੀਤੇ ਆ ਉਹਦੇ ਚ ਕਿਹਾ ਗਿਆ ਵੀ ਸਲਾਹਕਾਰ ਥੋੜੀ ਦੱਸਣਗੇ ਹਾਈ ਕਮਾਂਡ ਦੇ ਵੀ ਕਿ ਇਹਨੂੰ ਕੈਬਿਨੇਟ ਚ ਲੈਣਾ ਕਿਉਂ ਨਹੀਂ ਲੈਣਾ ਤੇ ਪਿਛਲੇ ਤਿੰਨ ਜਦੋਂ ਦਾ ਮੁੱਖ ਮੰਤਰੀ ਪਦ ਆਉਦਾ ਸਾਹਮਣੇ ਆ ਤੇ ਤਿੰਨ ਵਾਰੀ ਗੇੜੇ ਲੱਗ ਚੁੱਕੇ ਹਾਈ ਕਮਾਂਡ ਨਾਲ ਤਾਂ ਜਾਦਾ ਇੰਟਰਫੇਰੈਂਸ ਨੂੰ ਲੋਕਾਂ ਚ ਤਹੀ ਜਾ ਰਿਹਾ ਵੀ ਹਾਈ ਕਮਾਂਡ ਡਿਕਟੇਟ ਕਰ ਰਹੀ ਹੈ ਵੀ ਫਿਰ ਪੰਜਾਬ ਦੇ ਲੀਡਰਾਂ ਇ ਤਾਂ ਕੋਈ ਸਹਿ ਨਹੀਂ ਰਹੀ ਦੇਖੋ ਹਾਈ ਕਮਾਂਡ ਜਿਹੜਾ ਵਾ ਨਾ ਆਪਣਾ ਕੀ ਕਹਿੰਦੇ ਉਹ ਕੋਈ ਸਾਡੀ ਪਾਰਟੀ ਦੇ ਲੀਡਰਸ ਆ ਸਾਡੀ ਪਾਰਟੀ ਇੱਕ ਨੈਸ਼ਨਲਿਸਟ ਪਾਰਟੀ ਆ ਉਹਨਾਂ ਨਾਲ ਸਲਾਹ ਕਰਨੇ ਪੈਂਦੇ ਆ ਪੰਜਾਬ ਇੱਕ ਦੇਸ਼ ਦਾ ਬਹੁਤ ਇੰਪੋਰਟੈਂਟ ਹਿੱਸਾ ਵਾ ਇਹ ਕਈ ਲੋਕ ਉਹੀ ਹਾਈ ਕਮਾਂਡ ਨੂੰ ਸਮਝਦੇ ਆ ਉਹਨਾਂ ਨੇ ਪੰਜਾਬ ਦੇ ਨਾਲ ਨਾਲ ਦੇਸ਼ ਦੇ ਵਿੱਚ ਵੀ ਆਪਣਾ ਗੱਲ ਆ ਔਰ ਇਹ ਵੀ ਵੇਖਣਾ ਬੀਜੇਪੀ ਦੇ ਨਾਲ ਕੀ ਤਾਲਮੇਲਾ ਬੀਜੇਪੀ ਇੱਕ ਸੈਂਟਰ ਦੇ ਵਿੱਚ ਇਸ ਟਾਈਮ ਅੜ ਕੇ ਬੈਠੀ ਹੋਈ ਆ ਔਰ ਸਾਡੀ ਪਾਰਟੀ ਦੀ ਇੱਕ ਫੰਕਸ਼ਨਿੰਗ ਆ ਉਹਦੇ ਵਿੱਚ ਇਹ ਗੱਲ ਕਹਣੀ ਦਿੱਲੀੋਂ ਫੈਸਲੇ ਲੈਣੇ ਨੈਸ਼ਨਲ ਦੇਸ਼ ਦਾ ਹਿੱਸਾ ਵਾ ਦੇਸ਼ ਦੇ ਵਿੱਚ ਇੱਕ ਫੈਸਲਾ ਪ੍ਰਾਈਮ ਮਿਨਿਸਟਰ ਫੈਸਲਾ ਲੈਂਦਾ ਸਾਰੇ ਦੇਸ਼ ਤੇ ਲਾਗੂ ਹੁੰਦਾ ਚੀਫ ਮਿਨਿਸਟਰ ਨੂੰ ਮੰਨਦੇ ਆ ਉਹੀ ਪਾਰਟੀਆਂ ਦੇ ਢਾਂਚੇ ਆ ਸਾਡੀ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਆ ਉਹ ਅਸੀਂ ਤੁਹਾਡੇ ਜਿਵੇਂ ਚੈਨਲ ਦੇ ਨੈਸ਼ਨਲ ਐਡੀਟਰ ਕੋਈ ਚੈਨਲ ਜਿਹੜੇ ਤੁਹਾਡੇ ਨੈਸ਼ਨਲ ਚੈਨਲ ਆ ਉਹਨਾਂ ਦੇ ਫੈਸਲੇ ਉਥੋਂ ਸਲਾਹ ਤਾਂ ਹੁੰਦੀ ਆ ਨਾ ਉਹੀਂ ਉਹ ਜਿਹੜੇ ਲੋਕਲ ਜਿਹੜੀ ਲੋਕਲ ਪਾਰਟੀਆਂ ਉਹਨਾਂ ਨੂੰ ਨਹੀਂ ਲੋੜਾ ਸਲਾਹ ਕਰਨ ਦੀ ਉਹਨਾਂ ਦੀ ਉਹਨਾਂ ਦੇ ਉਹਨਾਂ ਨੇ ਫਿਰ ਉਹ ਉਹ ਜਿਵੇਂ ਅਕਾਲੀ ਦਲ ਸੀਗੀ ਉਦੋਂ ਪ੍ਰਾਈਮ ਮਿੰਿਸਟਰ ਨਾਲ ਸਲਾਹ ਕਰਦੇ ਸੀ ਇਹਨਾਂ ਦੀ ਦੂਜੀ ਪਾਰਟੀ ਦੀ ਸੀ ਲੇਕਿਨ ਅਕਾਲੀ ਦਲ ਭਾਜਪਾ ਮੋਦੀ ਨਾਲ ਵੀ ਸਲਾਹਵਾ ਕਰਦੇ ਸੀ ਔਰ ਬਾਕੀਆਂ ਨਾਲ ਉਦੋਂ ਇਹ ਸਲਾਹਵਾ ਕਰਦੇ ਸੀ ਉਹੀਂ ਸਾਡੀ ਪਾਰਟੀ ਦੇ ਢਾਂਚੇ ਆ ਢਾਂਚਿਆਂ ਦੇ ਹਿਸਾਬ ਨਾਲ ਗੱਲਾਂ ਹੁੰਦੀਆਂ ਔਰ ਸਲਾਹ ਲੈਣਾ ਔਰ ਗੱਲ ਕਰਨਾ ਕੋਈ ਗਲਤ ਗੱਲ ਨਹੀਂ ਹੈ ਇਹ ਥੋੜਾ ਵੀ ਕੋਈ ਕਾਂਗਰਸ ਇੰਡੀਪੈਂਡੈਂਟ ਸਟੇਟ ਯੂਨਿਟਸ ਆ ਸਲਾਹ ਕਰ ਰਹੇ ਆਂ ਔਰ ਉਹਨਾਂ ਨੂੰ ਆਪਣੀ ਗੱਲ ਰੱਖ ਰਹੇ ਆਂ ਉਹਨਾਂ ਦੀ ਗੱਲ ਸੁਣ ਰਹੇ ਆਂ ਕਿਉਂਕਿ ਅਲਟੀਮੇਟ ਉਹ ਡਿਸਾਈਡ ਕਰਦੇ ਆ ਕੋਈ ਇਥੋਂ ਲੀਡਰ ਆ ਕੋਈ ਡਿਸਕਰੈਂਟਲ ਲੀਡਰ ਆ ਉਹ ਦਿੱਲੀ ਵਾਲਿਆਂ ਨੂੰ ਜਾ ਕੇ ਕਹਿੰਦੇ ਮੇਰੀ ਸੁਣਵਾਈ ਨਹੀਂ ਹੋ ਰਹੀ ਅਗਲੇ ਕਹਿੰਦੇ ਵੀ ਇਹਨਾਂ ਦੀ ਸੁਣਵਾਈ ਵੀ ਕਰੋ ਅਲਟੀਮੇਟ ਫੈਸਲਾ ਤਾਂ ਚੀਫ ਮਿਨਿਸਟਰ ਪੀਸੀਸੀ ਪ੍ਰਧਾਨ ਔਰ ਇਨਾਂ ਸਾਰਿਆਂ ਨੇ ਹੀ ਲੈਣਾ ਹੁੰਦਾ ਪਰਸੈਪਸ਼ਨ ਲੋਕਾਂ 'ਚ ਇਹੀ ਜਾ ਰਹੀ ਹੈ ਨਾ ਵੀ ਚਰਨਜੀਤ ਚੰਨੀ ਆਪ ਕੈਪੇਬਲ ਨਹੀਂ ਹੈਗੇ ਡਿਸੀਜਨ ਲੈਣ ਦੇ ਵੀ ਇਹਦਾ ਹਾਈ ਕਮਾਂਡ ਜੋ ਡਿਕਟੇਟ ਕਰ ਰਹੀ ਹੈ ਸਪੂਨ ਫੀਡ ਕਰ ਰਹੀ ਹੈ ਉਹਵੇਂ ਲਿੱਤਾ ਜਾ ਰਿਹਾ ਫੈਸਲਾ ਦੇਖੋ ਚਰ ਚਰਨਜੀਤ ਸਿੰਘ ਚੰਨੀ ਨੇ ਜਦੋਂ ਆਪਣਾ ਮੰਤਰੀ ਮੰਡਲ ਵੀ ਸਾਹਮਣੇ ਆਇਆ ਜਦੋਂ ਉਹਨਾਂ ਨੇ ਆਪਣਾ ਇਹ 4.5 ਸਾਲ ਦਾ ਇਹ ਉਹਨਾਂ ਦਾ ਰਿਕਾਰਡ ਰਿਹਾ ਦੋ ਇਲੈਕਸ਼ਨਾਂ ਤਿੰਨ ਇਲੈਕਸ਼ਨਾਂ ਉਹ ਜਿੱਤ ਚੁੱਕਿਆ ਆਜ਼ਾਦੀ ਆਜ਼ਾਦ ਇੰਡੀਪੈਂਡੈਂਟ ਜਿੱਤੇ ਆ ਪੜੇ ਲਿਖੇ ਆ ਉਹ ਕੈਪੇਬਿਲਟੀਜ਼ ਇਹ ਚੀਜ਼ਾਂ ਨੂੰ ਵੀ ਵੇਖੇ ਇਹ ਤਾਂ ਐਵੇਂ ਏਜੰਡਾ ਜਾਣ ਕੇ ਸੈੱਟ ਕਰ ਰਹੇ ਅਗਰ ਉਹ ਇੱਜ਼ਤ ਸਤਿਕਾਰ ਕਰ ਰਹੇ ਆ ਪੀਸੀਸੀ ਪ੍ਰਧਾਨ ਦਾ ਜਾਂ ਉਹ ਇੱਜ਼ਤ ਮਾਨ ਕਰ ਰਹੇ ਆ ਦਿੱਲੀ ਲੀਡਰਸ਼ਿਪ ਦਾ ਤੇ ਆਪਾਂ ਇਹਨੂੰ ਕੈਪੇਬਿਲਟੀ ਵੱਲ ਜੇ ਅੱਛਾ ਜਾਈਏ ਦੇਖੋ ਇਹ ਚੀਜ਼ਾਂ ਇੱਕ ਗਲਤ ਏਜੰਡਾ ਵਾ ਹੋਰ ਕਿਉਂਕਿ ਏਜੰਡਾ ਕੋ ਅ ਚੰਨੀ ਸਾਹਿਬ ਕਾਬਲ ਆ ਚੰਨੀ ਸਾਹਿਬ ਨੂੰ ਸਮਝ ਹੈਗੀ ਆ ਔਰ ਚੰਨੀ ਸਾਹਿਬ ਨੇ ਮਿਨਿਸਟਰੀ ਵੀ ਚਲਾਈ ਆ ਚੰਨੀ ਸਾਹਿਬ ਸੀਐਲਪੀ ਲੀਡਰ ਵੀ ਰਹੇ ਆ ਸੋ ਇਹ ਚੀਜ਼ਾਂ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ बार-बार ਇੱਕ ਬੰਦੇ ਦੇ ਉੱਤੇ ਐ ਦੂਸ਼ਤਬਾਜੀ ਕਰਨੀ ਔਰ ਉਹਨੂੰ ਜਾਣ ਕੇ ਡੀਗ੍ਰੇਡ ਕਰਨਾ ਇਹ ਇਹ ਇੱਕ ਕੋਈ ਸਹੀ ਰਾਜਨੀਤੀ ਨਹੀਂ ਆ ਉਹਨਾਂ ਨੂੰ ਹਲੇ 3 ਦਿਨ ਹੋਏ ਨਹੀਂ ਮੁੱਖ ਮੰਤਰੀ ਬਣੇ ਨੂੰ ਅਗਰ ਉਹ ਆਪਣੇ ਪੀਸੀ ਪ੍ਰਧਾਨ ਨੂੰ ਨਾਲ ਲੈ ਕੇ ਚੱਲ ਰਹੀ ਹੈ ਕਿਸੇ ਹੋਰ ਨੂੰ ਨਾਲ ਲੈ ਕੇ ਚੱਲ ਰਿਹਾ ਤੇਰੇ ਅੰਦਰ ਕੋਈ ਗਲਤ ਗੱਲ ਨਹੀਂ ਆ ਇਹ ਤਾਂ ਇੱਕ ਉਹ ਵੀ ਲੱਗਦਾ ਵੀ ਡਿਲੇ ਡਿਲੇ ਹੋ ਰਿਹਾ ਕੈਬਨਿਟ ਫਾਰਮੇਸ਼ਨ ਚ ਬਾਕੀ ਸਾਰੇ ਅਹੁਦੇਦਾਰੀਆਂ ਵੰਡਣ ਚ ਕਿਉਂਕਿ ਪਹਿਲਾਂ ਹੀ ਸਮਾਂ ਬਹੁਤ ਘੱਟ ਹੈ ਵਾਦੇ ਬਹੁਤ ਵੱਡੇ ਹੈ ਤੇ ਉਮੀਦਾਂ ਲੋਕਾਂ ਦੀ ਬਹੁਤ ਜ਼ਿਆਦਾ ਨੇ ਦੇਖੋ ਤੁਸੀਂ ਵੇਖੋ ਪਿਛਲੀ ਵਾਰ 11 ਨੂੰ ਰਿਜ਼ਲਟ ਆਇਆ ਸੀਗਾ ਤੇ 16 ਨੂੰ ਸੌਂ ਚੁੱਕੀ ਗਈ ਸੀ ਹਾਲੇ ਉਹਨੇ ਆਪਣਾ 20 ਤਰੀਕ ਨੂੰ ਮੁੱਖ ਮੰਤਰੀ ਬਣਿਆ ਤੇ ਮੇਰੇ ਸਾਹਿਬ ਨਾਲ ਕੱਲ ਤੱਕ ਫੈਸਲਾ ਹੋ ਜਾਊਗਾ ਸੋ ਕਲੀਅਰ ਹੋ ਜਾਊਗਾ ਤਿੰਨ ਚਾਰ ਦਿਨ ਦਾ ਕੋਈ ਡਿਲੇ ਨਹੀਂ ਹੁੰਦਾ ਜਿਹੜੇ ਕੈਪਟਨ ਵਿੰਦਰ ਸਿੰਘ ਆ ਉਹਨਾਂ ਨੇ 7 ਟਵੀਟ ਕੀਤੇ ਆ ਉਹਨਾਂ ਨੇ ਕਿਹਾ ਵੀ ਜੋ ਮਰਜ਼ੀ ਹੋ ਜੇ ਮੈਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੜੂੰਗਾ ਤੇ ਉਹਨਾਂ ਨੂੰ ਜਿੱਤਣ ਨਹੀਂ ਦਿੰਦਾ ਜਿਉ ਉਹ ਪਾਰਟੀ ਦਾ ਚਿਹਰਾ ਹੋਣਗੇ ਤੇ ਆਲਰੇਡੀ ਹਾਈ ਕਮਾਂਡ ਅਨਾਉਂਸ ਵੀ ਕਰ ਚੁੱਕੀ ਹੈ ਵੀ ਉਹ ਉਹਨਾਂ ਦੇ ਫੇਸ ਅੰਡਰ ਲੜਿਆ ਜਾਊਗਾ ਅਗਲਾ ਇਲੈਕਸ਼ਨ ਤੇ ਤੁਸੀਂ ਕਿਵੇਂ ਦੇਖਦੇ ਦੇਖੋ ਪਾਰਟੀ ਦਾ ਫੈਸਲਾ ਵਾ ਪਾਰਟੀ ਹਾਈ ਕਮਾਂਡ ਨੇ ਜੋ ਫੈਸਲਾ ਕਰਨਾ ਉਹ ਸਾਰਿਆਂ ਨੂੰ ਬਤੌਰ ਕਾਂਗਰਸੀ ਮੰਨਣਾ ਪੈਣਾ ਕਿਸੇ ਦੀ ਲਾਈਕਿੰਗਸ ਹੋ ਸਕਦੀਆਂ ਕਿਸੇ ਦੀ ਡਿਸਲਾਈਕਿੰਗਸ ਹੋ ਸਕਦੀਆਂ ਲੇਕਿਨ ਜਦੋਂ ਪਾਰਟੀ ਨੇ ਇੱਕ ਫੈਸਲਾ ਕਰਤਾ ਜਦੋਂ ਆਪਾਂ ਕਹਤਾ ਵੀ ਜੋ ਤੁਸੀਂ ਕਹੋਗੇ ਮਨਜ਼ੂਰ ਆ ਤਾਂ ਫਿਰ ਸਭ ਨੂੰ ਮਨਜ਼ੂਰ ਹੋਣਾ ਚਾਹੀਦਾ ਕੈਪਟਨ ਮਨਿੰਦਰ ਸਿੰਘ ਦੇ ਟਵੀਟਸ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੇ ਉਹਨੇ ਲਾਈਨ ਹੁਣ ਫੜ ਲਈ ਹੈ ਉਹਨਾਂ ਨੇ ਬਹੁਤ ਸਾਰੇ ਸਵਾਲ ਚੱਕਿਆ ਹਾਈ ਕਮਾਂਡ ਤੇ ਫੰਕਸ਼ਨਿੰਗ ਆਫ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦੇ ਸੋਨੀਆ ਗਾਂਧੀ ਨੂੰ ਵੀ ਕਿਹਾ ਐਡਵਾਈਜ਼ਰਾਂ ਨੂੰ ਵੀ ਕਿਹਾ ਦੇਖੋ ਮੈਂ ਇਨਾ ਕਹੂੰਗਾ ਅਮਰਜੀਤ ਸਿੰਘ ਸੰਧਵਾ ਜੁਆਇਨ ਕਰਾਇਆ ਗਏ ਸੀ ਆਮ ਆਦਮੀ ਪਾਰਟੀ ਚ ਮੇਰੇ ਉਲਟ ਇਲੈਕਸ਼ਨ ਲੜੇ ਸੀ ਸਾਡੀ ਨਹੀਂ ਮੰਦੀ ਸੀ ਲੇਕਿਨ ਕੈਪਟਨ ਸਾਹਿਬ ਨੇ ਕਿਹਾ ਵੀ ਇਹਨੂੰ ਜੁਆਇਨ ਕਰਾਣਾ ਅਸੀਂ ਸਿਰ ਮੱਥੇ ਰੱਖ ਕੇ ਉਹਨਾਂ ਨੂੰ ਜੁਆਇਨ ਕਰਾਇ ਇਹੀ ਆਪਣੇ ਲੀਡਰ ਵੱਡਿਆਂ ਤੋਂ ਐਕਸੈਪਟ ਕਰਦੇ ਆਂ ਵੀ ਜਿਨ੍ਹਾਂ ਨੂੰ ਤੁਸੀਂ ਲੀਡਰ ਮੰਨਦੇ ਹੋ ਉਹਨਾਂ ਦੀ ਮੱਦੇ ਨਜ਼ਰ ਰੱਖਦੇ ਹੋਏ ਉਹ ਫੈਸਲਾ ਆਪਾਂ ਨੂੰ ਕਰ ਲੈਣਾ ਚਾਹੀਦਾ ਠੀਕ ਆ ਜਦੋਂ ਆਪਾਂ ਰਾਹੁਲ ਗਾਂਧੀ ਨੂੰ ਲੀਡਰ ਮੰਨਦੇ ਆਂ ਜਦੋਂ ਆਪਾਂ ਸੋਨੀਆ ਜੀ ਨੂੰ ਲੀਡਰ ਮੰਨਦੇ ਆਂ ਉਹ ਜੋ ਫੈਸਲਾ ਕਰਨ ਉਹਨੂੰ ਅਗਰ ਆਪਾਂ ਇਨ ਟੋਟੋ ਐਕਸੈਪਟ ਕਰਾਂਗੇ ਤੇ ਫਿਰ ਉਹਦੇ ਨਾਲ ਇੱਕ ਮੈਸੇਜ ਸਾਰਿਆਂ ਵਿੱਚ ਚੰਗਾ ਜਾਂਦਾ ਵਾ ਅਗਰ ਕੋਈ ਗਿਲੇ ਸ਼ਿਕਵੇ ਆ ਕੋਈ ਇਸ਼ੂਜ਼ ਹੈਗੇ ਆ ਮੇਰੇ ਹਿਸਾਬ ਨਾਲ ਉਹ ਕਿਤੇ ਨਾ ਕਿਤੇ ਬਹਿ ਕੇ ਨਿਬੇੜ ਲੈਣੇ ਚਾਹੀਦੇ ਆ ਔਰ ਫਿਰ ਉਸ ਹਿਸਾਬ ਨਾਲ ਫੈਸਲਾ ਕਰਨਾ ਚਾਹੀਦਾ ਕਿਉਂਕਿ ਅਲਟੀਮੇਟ ਲੜਾਈ ਕੋਈ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਆ ਪੰਜਾਬ ਦੇ ਏਜੰਡੇ ਦੀ ਆ ਔਰ ਪੰਜਾਬ ਦੀ ਰਾਜਨੀਤੀ ਦੀ ਆ ਸੋ ਜਦ ਤੱਕ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਕਲੈਰਿਟੀ ਨਹੀਂ ਹੁੰਦੀ ਇਹ 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 ਚੀਜ਼ਾਂ ਲੋਕਾਂ ਦੇ ਵਿੱਚ ਕਲੀਅਰ ਨਹੀਂ ਜਾਂਦੇ ਇਸ ਏਜੰਡੇ ਦੇ ਨਾਲ ਉਦੋਂ ਤੱਕ ਇਹ ਮੁਸ਼ਕਲਾਂ ਰਹਿਣਗੀਆਂ ਸੋ ਇੰਡੀਵਿਜੂਅਲ ਲੜਾਈ ਬਣਾਉਣ ਦੇ ਬਜਾਏ ਇਹਨੂੰ ਲੋਕਾਂ ਦੀ ਲੜਾਈ ਬਣਾਉਣਾ ਚਾਹੀਦਾ ਕੀ ਇਹ ਵੀ ਕਾਂਗਰਸ ਹਾਈ ਕਮਾਂਡ ਨੂੰ ਜਾਂ ਕਾਂਗਰਸ ਪਾਰਟੀ 'ਚ ਡਰ ਹੈ ਤੁਸੀਂ ਵੀ ਕਾਂਗਰਸ ਪਾਰਟੀ ਦੇ ਹੁਣ ਯੁੱਧ ਦੇ ਆਗੂ ਤੁਹਾਨੂੰ ਵੀ ਬੜਾ ਚਿਰ ਹੋ ਗਿਆ ਤੁਸੀਂ ਨੇੜੇ ਵੀ ਰਹੇ ਹੋ ਕੈਪਟਨ ਵਿੰਦਰ ਸਿੰਘ ਦੇ ਵੀ ਹਜੇ ਵੀ ਇੱਕ ਵੱਡੇ ਪਲੇਅਰ ਨੇ ਪੰਜਾਬ ਚ ਪੰਜਾਬ ਦੀ ਪੋਲਿਟਿਕਸ ਕੀ ਉਹ ਐਮਐਲਏ ਖਿੱਚ ਕੇ ਲੈ ਕੇ ਜਾ ਸਕਦੇ ਆ ਆਪਣੀ ਪਾਰਟੀ ਬਣਾ ਸਕਦੇ ਤੇ ਫਿਰ ਨੁਕਸਾਨ ਉਹ ਕਾਂਗਰਸ ਨੂੰ ਕੈਪਟਨ ਨਰਿੰਦਰ ਸਿੰਘ ਦਾ ਇਤਿਹਾਸ ਤਾਂ ਰਿਹਾ ਹੀ ਆ ਤੁਸੀਂ ਇਤਿਹਾਸ ਨੂੰ ਉਹਨਾਂ ਦੇ ਨੂੰ ਡਿਨਾਈ ਨਹੀਂ ਕਰ ਸਕਦੇ ਔਰ ਕੈਪਟਨ ਨਰਿੰਦਰ ਸਿੰਘ ਸ਼ੁਰੂ ਤੋਂ ਮੁੱਦਿਆਂ ਤੇ ਲੜਦੇ ਰਹੇ ਆ ਸੋ ਇਸ ਕਰਕੇ ਸਾਨੂੰ ਇਹ ਲੱਗਦਾ ਵਾ ਵੀ ਕੈਪਟਨ ਸਾਹਿਬ ਨੇ ਇੰਨੇ ਸਾਲ ਜਿਹੜੀ ਪਾਰਟੀ ਨਾਲ ਰਹੇ ਹੋਣ ਉਸ ਪਾਰਟੀ ਦਾ ਨੁਕਸਾਨ ਨਹੀਂ ਕਰਨਗੇ ਉਹ ਕਿਉਂਕਿ ਅਲਟੀਮੇਟਲੀ ਉਹ ਨੁਕਸਾਨ ਕਿਹਨਾਂ ਦਾ ਕਰ ਰਿਹਾ ਉਹੀ ਲੋਕਾਂ ਦਾ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਆ ਜਿਨ੍ਹਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਔਰ ਆਜ ਜੋ ਆਪਣੇ ਆਪ ਦੇ ਲਈ ਅਗਰ ਉਹਨਾਂ ਦਾ ਨੁਕਸਾਨ ਕਰਨਗੇ ਕਿਉਂਕਿ ਅਲਟੀਮੇਟਲੀ ਨੁਕਸਾਨ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਹੋਊਗਾ ਅਗਰ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਹੋਣਗੇ ਉਹਨਾਂ ਨੂੰ ਹੋਊਗਾ ਸੋ ਇਸ ਕਰਕੇ ਫੈਸਲੇ ਜਿਹੜੇ ਆ ਉਹ ਉਸ ਸੋਚ ਸਮਝ ਕੇ ਔਰ ਇੱਕ ਵੱਡਾ ਦਿਲ ਰੱਖ ਕੇ ਔਰ ਇੱਕ ਵੱਡੀ ਸੋਚ ਰੱਖ ਕੇ ਕਰਨੇ ਚਾਹੀਦੇ ਆ ਫਿਰ ਹੀ ਵਧੀਆ ਰਹਿੰਦਾ ਕੋ ਬੜੇ ਸਟਰੋਂਗ ਹੈਡਿਡ ਮੰਨੇ ਜਾਂਦੇ ਆ ਸਾਬਕਾ ਫੌਜੀ ਵੀ ਨੇ ਜੇ ਜਦੋਂ ਕਿਸੇ ਚੀਜ਼ ਨੂੰ ਠਾਨ ਲੈਣ ਕਿਹਾ ਜਾਂਦਾ ਵੀ ਉਹ ਉਹਦੇ ਪਿੱਛੇ ਪੈ ਜਾਂਦੇ ਆ ਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਬਿਆਨ ਆ ਰਿਹਾ ਇਸ ਤੋਂ ਲੱਗਦਾ ਵੀ ਉਹਨਾਂ ਦਾ ਗੁੱਸਾ ਬਿਲਕੁਲ ਵੀ ਠੰਡਾ ਨਹੀਂ ਹੋਇਆ ਹੈਗਾ ਤਾਂ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਨਵਜੋਤ ਸਿੰਘ ਸਿੱਧੂ ਨੂੰ ਤੁਹਾਨੂੰ ਲੱਗਦਾ ਉਹ ਮੰਨ ਜਾਣਗੇ ਕਿ ਉਹ ਕਾਂਗਰਸਪarti ਸੌਫਟ ਹੋ ਜਾਣਗੇ ਦੇਖੋ ਇਹ ਤਾਂ ਤੁਸੀਂ ਕੈਪਟਨ ਸਾਹਿਬ ਤੋਂ ਹੀ ਪੁੱਛ ਸਕਦੇ ਹੋ ਕੈਪਟਨ ਸਾਹਿਬ ਤੁਸੀਂ ਨੇੜੇ ਰਹੇ ਹੋ ਤੁਹਾਡੇ ਤੇ ਆਸ਼ੀਰਵਾਦ ਵੀ ਰੱਖਿਆ ਉਹਨਾਂ ਨੇ ਇੱਕ ਪ੍ਰਧਾਨ ਵੀ ਬਣਾਇਆ ਤੁਸੀਂ ਬਹੁਤ ਨੇੜੇ ਰਹੇ ਹੋ ਉਹਨਾਂ ਦੇ ਮੈਨੂੰ ਇਹ ਲੱਗਦਾ ਵੀ ਕੈਪਟਨ ਸਾਹਿਬ ਦੀ ਜਿਹੜੀ ਸ਼ਖਸੀਅਤ ਔਰ ਕੈਪਟਨ ਸਾਹਿਬ ਦੀ ਜਿਹੜੀ ਪਰਸਨੈਲਿਟੀ ਆ ਉਹ ਪੰਜਾਬ ਵਾਸਤੇ ਜ਼ਿਆਦਾ ਵਾ ਉਹ ਪੰਜਾਬ ਆਪਣੀ ਨਿੱਜੀ ਲੜਾਈ ਨਹੀਂ ਬਣਾਣਗੇ ਉਹ ਪੰਜਾਬ ਦੇ ਹਿੱਤ ਵਿੱਚ ਫੈਸਲਾ ਜਿਹੜਾ ਵਾ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਬਹੁਤ ਕੁਝ ਦਿੱਤਾ ਕਾਂਗਰਸ ਪਾਰ ਕਾਂਗਰਸ ਪਾਰਟੀ ਦਾ ਨੁਕਸਾਨ ਨਹੀਂ ਕਰਨਗੇ ਸੋਨੀਆ ਜੀ ਨੇ ਉਹਨਾਂ ਨੂੰ ਮੁੱਖ ਮੰਤਰੀ ਵੀ ਬਣਾਇਆ ਜਿਵੇਂ ਸਾਨੂੰ ਉਹਨਾਂ ਨੇ ਪ੍ਰਧਾਨ ਬਣਾਇਆ ਉਹੀ ਨਹੀਂ ਅਸੀਂ ਇਹ ਨਹੀਂ ਸੋਚਦੇ ਵੀ ਉਹਨਾਂ ਦਾ ਨੁਕਸਾਨ ਹੋਵੇ ਲੇਕਿਨ ਇਸ ਚੀਜ਼ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਵਾ ਵੀ ਆਪਾਂ ਮੁੱਦਾ ਕੀ ਹੈਗਾ ਆਪਣਾ ਆਪਣੀ ਲੜਾਈ ਕਿਸ ਮੱਦੇਲੇ ਦੀ ਲੜਾਈ ਪੰਜਾਬ ਵਾਸਤੇ ਆ ਜਾਂ ਲੜਾਈ ਇੰਡੀਵਿਜੂਅਲ ਆ ਅਗਰ ਲੜਾਈ ਪੰਜਾਬ ਵਾਸਤੇ ਆ ਤੇ ਆਪਾਂ ਨੂੰ ਉਹਦੇ ਹਿੱਤ ਵਿੱਚ ਫੈਸਲੇ ਲੈਣੇ ਚਾਹੀਦੇ ਆ ਕਾਂਗਰਸ ਪਾਰਟੀ ਨਾਲ ਬੀਜੇਪੀ ਨਾਲ ਸਾਰੀ ਉਮਰ ਲੜਦੇ ਰਹੇ ਉਸ ਸੋਚ ਨਾਲ ਲੜਦੇ ਰਹੇ ਅਕਾਲੀ ਦਲ ਨਾਲ ਉਹਨਾਂ ਦਾ ਆਪਣਾ ਕਹਿੰਦੇ ਸ਼ੁਰੂ ਤੋਂ ਉਹਨਾਂ ਦਾ ਕਈ ਵਾਰ ਉਹਨਾਂ ਦਾ ਕਈ ਕੁਝ ਚੱਲਦਾ ਰਿਹਾ ਆ ਹੀ ਆਮ ਆਦਮੀ ਨੂੰ ਉਹ ਕਈ ਕੁਝ ਬੋਲਦੇ ਰਹੇ ਸੋ ਫਿਰ ਇਹਦੇ ਨਾਲ ਅਲਟੀਮੇਟਲੀ ਬੈਨੀਫਿਟ ਕਿਨੂੰ ਹੋਊਗਾ ਆਮ ਆਦਮੀ ਨੂੰ ਹੋਊਗਾ ਜਾਂ ਅਕਾਲੀ ਦਲ ਨੂੰ ਹੋਊਗਾ ਜਾਂ ਬੀਜੇਪੀ ਨੂੰ ਹੋਊਗਾ ਤੇ ਫਿਰ ਉਹ ਸੋਚਣ ਬੈਨੀਫਿਟ ਕਿਨੂੰ ਪਹੁੰਚਾਣਾ ਉਸ ਸਮਨਾ ਸੋਚਣਾ ਚਾਹੀਦਾ ਕੀ ਕੈਪਟਨ ਮਿੰਦਰ ਸਿੰਘ ਜੇ ਬੀਜੇਪੀ ਚਲੇ ਜਾਂਦੇ ਤਾਂ ਜਾਂ ਬੀਜੇਪੀ ਕਿਸੇ ਪਾਰਟੀ ਨਾਲ ਆਲਾਈਂਸ ਕਰ ਲੈਂਦੇ ਬੀਜੇਪੀ ਨਾਲ ਆਪਦੀ ਪਾਰਟੀ ਬਣਾ ਕੇ ਤਾਂ ਕਾਂਗਰਸ ਨੂੰ ਨੁਕਸਾਨ ਹੋ ਕੋਈ ਤਾਂ ਆਨ ਵਾਲਾ ਸਮਝ ਦਸੂਗਾ ਅੱਜ ਉਹਦੇ ਤੇ ਬੋਲਣਾ ਕੋਈ ਟਿੱਪਣੀ ਕਰਨਾ ਕੋਈ ਮੇਰੇ ਸਾਹਬ ਨਾਲ ਸਹੀ ਨਹੀਂ ਆ ਲੇਕਿਨ ਅਗਰ ਕਾਂਗਰਸ ਪਾਰਟੀ ਇਕੱਠੇ ਹੋ ਕੇ ਲੜੂਗੀ ਕਾਂਗਰਸ ਪਾਰਟੀ ਇਕਜੂਟੋ ਕੇ ਲੜੂਗੀ ਅੱਜ ਜਿਹੜਾ ਨਵਾਂ ਸੈਟਅਪ ਆਇਆ ਨਵੇਂ ਮੰਤਰੀ ਆਏ ਆ ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪਾਰਟੀ ਆ ਕਾਂਗਰਸ ਪਾਰਟੀ ਦੀ ਬੜੀ ਸ਼ਮਤਾ ਵਾ ਔਰ ਅੱਜ ਭਾਜਪਾ ਨੂੰ ਅਗਰ ਕੋਈ ਟੱਕਰ ਦੇ ਸਕਦਾ ਵਾ ਪੰਜਾਬ ਦੇ ਵਿੱਚ ਸਭ ਤੋਂ ਉਲਟ ਸੈਂਟੀਮੈਂਟ ਅਗਰ ਕਿਸੇ ਦਾ ਵਾ ਉਹ ਭਾਜਪਾ ਦਾ ਵਾ ਜਿਨ੍ਹਾਂ ਨੇ ਕਾਲੇ ਕਾਨੂੰਨ ਲਿਆਂਦੇ ਜਿਨ੍ਹਾਂ ਨੇ 1.5 ਸਾਲ ਤੋਂ ਉੱਥੇ ਸਾਲ ਹੋ ਚੱਲਾ ਵਾ ਜੋ ਆਪਣਾ ਕੀ ਕਹਿੰਦੇ ਔਰ 체ਤੀ 1 ਸਾਲ ਹੋ ਜੂਗਾ ਕਿਸਾਨਾਂ ਨੂੰ ਉੱਥੇ ਬੈਠੇ ਨੂੰ ਉਹ ਸਾਲ ਦਾ ਹਿਸਾਬ ਬੀਜੇਪੀ ਤੋਂ ਲੈਣਾ ਪੈਣਾ ਔਰ ਅੱਜ ਜਿਹੜਾ ਬੀਜੇਪੀ ਦੀ ਗੱਲ ਕਰੂਗਾ ਉਹ ਪੰਜਾਬ ਦਾ ਕਿਤੇ ਨਾ ਕਿਤੇ ਨੰਬਰ 1 ਦੁਸ਼ਮਣ ਬਣਦਾ ਵਾ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਧੱਕਾ ਕੀਤਾ ਪੰਜਾਬ ਨੂੰ ਉਹਨਾਂ ਨੇ ਸੜਕਾਂ ਤੇ ਉਤਾਰਿਆ ਪੰਜਾਬ ਦੇ ਕਿਸਾਨਾਂ ਦੀ ਉੱਥੇ ਜਾਨਾਂ ਗਈਆਂ ਪੰਜਾਬ ਦੇ ਉੱਤੇ ਲਾਠੀ ਚਾਰਜ ਕੀਤੇ ਪੰਜਾਬ ਦੇ ਉੱਤੇ ਬੈਰੀਕੇਡ ਲਾਏ ਇਸ ਕਰਕੇ ਬੀਜੇਪੀ ਬਾਰੇ ਸੋਚਣਾ ਵਿਚਾਰਨਾ ਔਰ ਉਸ ਸੋਚ ਨੂੰ ਇੱਥੇ ਪੰਜਾਬ ਚ ਲੈ ਕੇ ਆਣਾ ਇਹ ਇੱਕ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੋਊਗਾ ਇਹ ਗੱਲ ਮੈਂ ਕਰਨਾ ਚਾਹੁੰਦਾ ਵੀ ਮੁੱਦਿਆਂ ਦੀ ਗੱਲ ਕੀਤੀ ਤੁਸੀਂ ਤੁਹਾਨੂੰ ਲੱਗਦਾ ਵੀ 3 ਮਹੀਨੇ ਜਾਂ ਸਮਾਂ ਬਹੁਤ ਹੈ ਵੀ ਉਹਦੇ 'ਚ ਮੁੱਦੇ ਸੁਲਝਾਏ ਜਾ ਸਕਦੇ ਆ ਜੇ ਨਹੀਂ ਸੁਲਝਦੇ ਸਪੋਸ ਕਰੋ ਬੇਅਦਬ ਮੁੱਦਾ ਹੈ ਜਿਹੜਾ ਉਹ ਹੱਲ ਨਹੀਂ ਹੁੰਦਾ ਫੇਰ ਬਹੁਤ ਵੀ ਆ ਔਰ ਬਹੁਤ ਨਹੀਂ ਵੀ ਆ ਅਗਰ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਨੀਅਤ ਵਿਖਣੀ ਚਾਹੀਦੀ ਸਾਡੀ ਵੀ ਅਸੀਂ ਉਹ ਮੁੱਦਿਆਂ ਨੂੰ ਹੱਲ ਕਰਨ ਵਾਲੇ ਪਾਸੇ ਨੂੰ ਜਾ ਰਹੇ ਆ ਅਗਰ ਉਹ ਮੁੱਦਿਆਂ ਦੇ ਵੱਲ ਹੱਲ ਕਰਨ ਵਾਲੇ ਪਾਸੇ ਨੂੰ ਜਾਵਾਂਗੇ ਤੇ ਤੁਹਾਨੂੰ ਆਪਣੇ ਆਪ ਫਰਕ ਵਿਖੂਗਾ ਲੋਕਾਂ ਦੇ ਵਿੱਚ ਲੋਕ ਤੁਹਾਡੀ ਇੰਟੈਂਸ਼ਨ ਤੁਹਾਡੀ ਨੀਅਤ ਤੁਹਾਡੀ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਆ ਅੱਜ ਸੋਸ਼ਲ ਮੀਡੀਆ ਦੇ ਵਿੱਚ ਮੀਡੀਆ ਦੇ ਵਿੱਚ ਬਹੁਤ ਬਰੀਕੀ ਨਾਲ ਤੁਹਾਡਾ ਉਹ ਵਿਸ਼ੇਸ਼ਲਨ ਕਰਦੇ ਆ ਸੋ ਇਸ ਕਰਕੇ ਲੋਕਾਂ ਨੇ ਫੈਸਲਾ ਕਰਨਾ ਵਾ ਸਾਡੀ ਇੰਟੈਂਸ਼ਨ ਨੂੰ ਵੇਖ ਕੇ ਸਾਡੀ ਸੋਚ ਨੂੰ ਵੇਖ ਕੇ ਸਾਡੀ ਡਿਲੀਵਰੀ ਨੂੰ ਵੇਖ ਕੇ ਸੋ ਟਾਈਮ ਘਟਾ ਮੈਂ ਤੁਹਾਡੇ ਨਾਲ ਸਹਿਮਤ ਆ ਲੇਕਿਨ ਇਸ ਘੱਟ ਟਾਈਮ ਦੇ ਵਿੱਚ ਵੀ ਅਗਰ ਅਸੀਂ ਬਹੁਤ ਕੁਝ ਕਰ ਜਾਾਂਗੇ ਤੇ ਲੋਕ ਸਾਨੂੰ ਦੁਬਾਰਾ ਮੌਕਾ 5 ਸਾਲ ਦਾ ਦੇਣਗੇ ਵੱਧ ਟਾਈਮ ਵਾਸਤੇ ਤੁਸੀਂ ਯੂਥ ਦੇ ਪ੍ਰਧਾਨ ਤੁਹਾਡੇ ਹਿਸਾਬ ਨਾਲ ਕੈਬਨਿਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਕਿੰਨੇ ਕਿਨੁਮੈਂਦਗੀ ਹੋਣੀ ਚਾਹੀਦੀ ਯੂਥ ਵੱਤਵੱਤ ਨੌਜਵਾਨਾਂ ਨੂੰ ਮੌਕਾ ਮਿਲੇ ਦੇਖੋ ਮੈਂ ਤਾਂ ਇਹ ਕਹੂੰਗਾ بڑے ਨੌਜਵਾਨਾਂ ਨੂੰ ਪਿਛਲੀ ਵਾਰ ਭਰਤਪੂਸ਼ਣ ਆਸ਼ੂ ਜੀ ਇੱਕ ਸਭ ਤੋਂ ਨੌਜਵਾਨ ਮੰਤਰੀ ਸੀ ਵਿਜੇਂਦਰ ਸਿੰਘਲਾ ਜੀ ਸਾਡੇ ਪੁਰਾਣੇ ਪ੍ਰਧਾਨ ਸੀ ਉਹ ਸੀਗੇ ਐਦਕੀ ਕਿਉਂਕਿ ਦੋਸਤ ਪੋਸਟਾਂ ਖਾਲੀ ਆ ਔਰ ਅਗਰ ਕੋਈ ਕਿਸੇ ਨੂੰ ਚੇਂਜ ਹੁੰਦੀ ਆ ਤੇ ਵੱਤਵੱਤ ਨੌਜਵਾਨ ਰਾਜਾ ਵੜਿੰਗ ਜੀ ਸਾਡੇ ਪਹਿਲੇ ਪ੍ਰਧਾਨ ਰਹੇ ਆ 올 ਇੰਡੀਆ ਦੇ ਆਪਣਾ ਕੀ ਕਹਿੰਦੇ ਆ ਉਈ ਸੁਖਪਾਲ ਪੁੱਲਰ ਜੀ ਸਾਡੇ ਰਹੇ ਆ 올 ਇੰਡੀਆ ਟ੍ਰਾਇਰਰ ਆਪਣਾ ਕਿਕੀ ਢਿਲੋਂ ਜੀ ਆ ਨੌਜਵਾਨ ਨੇਤਾ ਵਾ ਕੁਲਜੀਤ ਸਿੰਘ ਨਾਗਰਾ ਜੀ ਆ ਯੂਥ ਦੇ ਵਿੱਚ ਬਹੁਤ ਕੁਝ ਉਹਨਾਂ ਨੇ ਕੀਤਾ ਵਾ ਪਰਗਤ ਸਿੰਘ ਜੀ ਇੱਕ ਯੂਥ ਦੇ ਵਿੱਚ ਬਹੁਤ ਮੰਨੇ ਜਾਂਦੇ ਆ ਐ ਕਰਕੇ ਕਈ ਨਾਮ ਆ ਜਿਵੇਂ ਆਪਣਾ ਤੁਸੀਂ ਕਹੋ ਵੀ ਕੁਲਬੀਰ ਸਿੰਘ ਜੀਰਾਵਾ ਪਾੜਾਵਾ 골ਡੀ ਜੀ ਹੈਗੇ ਆ ਅੰਗਦ ਸੈਣੀ ਜੀ ਹੈਗੇ ਆ ਇਹ ਸਾਰੇ ਨੌਜਵਾਨ ਚਿਹਰੇ ਆ ਸੋ ਇਹ ਨੌਜਵਾਨ ਚਿਹਰਿਆਂ ਨੂੰ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਡਿਵੈਲਪ ਹੋਊਗੀ ਔਰ ਅਗਰ ਇਹਨਾਂ ਆਮ ਬੰਦਿਆਂ ਨੂੰ ਮੌਕਾ ਮਿਲੂਗਾ ਤੇ ਇੱਕ ਚੰਗਾ ਮੈਸੇਜ ਜਾਊਗਾ ਨੌਜਵਾਨਾਂ 'ਚ ਵੀ ਕਾਂਗਰਸ ਦੇ ਵਿੱਚ ਨੌਜਵਾਨਾਂ ਦੇ ਵਾਸਤੇ ਵੀ ਬਹੁਤ ਉੱਚੀਆਂ ਪਦਵੀਆਂ ਹੈਗੀਆਂ ਵਾ ਔਰ ਇੱਕ ਚੰਗਾ ਮੈਸੇਜ ਜਾਊਗਾ ਵੀ ਜਿਹਦੇ ਨਾਲ ਸ਼ਾਇਦ ਨੌਜਵਾਨ ਇਸ ਚੀਜ਼ ਨੂੰ ਆਪਣੇ ਆਪਣਾ ਸਮਝਣ ਔਰ ਇਸ ਚੀਜ਼ ਨੂੰ ਹੋਰ ਪ੍ਰਾਣ ਔਰ ਜਦੋਂ ਨੌਜਵਾਨ ਮੰਤਰੀ ਬੰਦਾ ਉਹ ਭੱਜਦਾ ਵੀ 4 ਗੁਣਾ ਸਪੀਡ ਨਾਲ ਤੁਸੀਂ ਵੇਖੋ ਮੁੱਖ ਮੰਤਰੀ ਨੌਜਵਾਨ ਬਣੇ ਆ ਮੇਰੇ ਸਾਹਬ ਨਾਲ ਜਿੱਦਣ ਦੇ ਬਣੇ ਆ ਉਹ ਸਾਹ ਹੀ ਨਹੀਂ ਲੈ ਰਹੇ ਉਹ ਆਪਣਾ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਮਤਲਬ ਮੈਨੂੰ ਪਤਾ ਨਹੀਂ ਚੱਲ ਰਿਹਾ ਕਿਸ ਟਾਈਮ ਸੌ ਰਿਹਾ ਕਦੋਂ ਜਾਗ ਰਿਹਾ ਪਰ ਉਹ ਭੱਜੇ ਫਿਰ ਰਿਹਾ ਕਿਉਂਕਿ ਜੋਸ਼ ਆ ਨੌਜਵਾਨਾਂ 'ਚ ਔਰ ਅਗਰ ਇਹ ਨੌਜਵਾਨ ਆਣਗੇ ਤੇ ਇੱਕ ਬਹੁਤ ਚੰਗਾ ਮੈਸੇਜ ਜਾਊਗਾ ਔਰ ਕੰਮ ਵੀ 4 ਗੁਣਾ ਸਪੀਡ ਨਾਲ ਹੋਊਗਾ ਉਹਦੇ ਨਾਲ ਨਾਲ ਬਜ਼ੁਰਗਾਂ ਦਾ ਐਕਸਪੀਰੀਅੰਸ ਵੀ ਲੋੜ ਆ ਚੰਗੇ ਬਜ਼ੁਰਗ ਵੀ ਰਹਿਣੇ ਚਾਹੀਦੇ ਜਿਨ੍ਹਾਂ ਦਾ ਆਸ਼ੀਰਵਾਦ ਰਵੇ ਇਹ ਨਾ ਹੋਵੇ ਵੀ ਸਾਰੇ ਨੌਜਵਾਨ ਹੋਣ ਲੇਕਿਨ ਆਸ਼ੀਰਵਾਦ ਇੱਕ ਐਕਸਪੀਰੀਅੰਸ ਆਫ 올ਡ ਐਂਡ ਯੰਗ ਜਿਹੜਾ ਜੋਸ਼ ਮਿਲ ਕੇ ਇੱਕ ਵਧੀਆ ਇੱਕ ਸਥਿਰ ਸਰਕਾਰ ਔਰ ਇੱਕ ਚੰਗਾ ਮੈਸੇਜ ਦੇ ਸਕੇ ਇਹ ਸਾਡੀ ਉਮੀਦ ਕਿੰਨੀ ਕਿ ਫੰਕਸ਼ਨਿੰਗ ਵਿੱਚ ਫਰਕ ਦੇਖ ਰਹੇ ਹੋ ਜਿਵੇਂ ਪਹਿਲਾਂ ਦਾ ਸਲਾਹ ਕਰਕੇ ਕਹਿੰਦੇ ਵੀ ਜਾਣ ਨਹੀਂ ਦਿੰਦੇ ਹੁੰਦੇ ਤੇ ਹੁਣ ਆ ਸੀਐਮ ਭੱਜਿਆ ਫਿਰਦਾ ਆਮ ਲੋਕਾਂ ਨੂੰ ਵੀ ਮਿਲ ਰਿਹਾ ਹਿਊਮਨ ਟੱਚ ਆ ਗਈ ਦੇਖੋ ਇਹ ਆਨ ਵਾਲੇ ਸਮੇਂ ਵਿੱਚ ਬਿਲਕੁਲ ਅੱਜ ਤੁਸੀਂ ਵੇਖੋ ਜਿਹੜੇ ਉਹਨਾਂ ਦੇ ਬਿਆਨ ਆ ਭਾਵੇਂ ਉਹ ਸਿਕਿਉਰਿਟੀ ਨੂੰ ਲੈ ਕੇ ਉਹ ਬੜਾ ਵੱਡਾ ਬਿਆਨ ਸਾਤ ਸਾਤ ਐਕਸਕਿਊਟਿਵਿਟੀ ਦਾ ਕਲਚਰ ਹੈਗਾ ਸਰ इवन ਸਾਡੇ ਲੀਡਰ ਵੀ ਸਾਰੇ ਲਈ ਪਿਰਦੇ ਆ ਅਗਰ ਸੀਐਮ ਸਟੈਪ ਲੈਣਗੇ ਤਾਂ ਸ਼ਾਇਦ ਸਾਰਿਆਂ ਨੂੰ ਹੌਲੀ ਹੌਲੀ ਸਟੈਪ ਲੈਣਗੇ ਸਾਰੇ ਔਰ ਇਸ ਕਰਕੇ ਅਸੀਂ ਇਹੀ ਸੋਚਦੇ ਆ ਉਹਦੇ ਨਾਲ ਨਾਲ ਜਿਵੇਂ ਕਾਲਜਾਂ ਦੇ ਬੱਚਿਆਂ ਦੇ ਵਿੱਚ ਜਾ ਕੇ ਉਹ ਗੱਲ ਕਰਦੇ ਆ ਉਹ ਉਹ ਲੋਕੀ ਗੱਲਾਂ ਸੁਣਨਾ ਚਾਹਦੇ ਆ ਲੇਕਿਨ ਗੱਲਾਂ ਦੇ ਨਾਲ ਨਾਲ ਡਿਲੀਵਰੀ ਵੀ ਸਾਨੂੰ ਛੇਤੀ ਛੇਤੀ ਦੇਣੀ ਪਊਗੀ ਕਿਉਂਕਿ ਉਹ ਬਹੁਤ ਇੰਪੋਰਟੈਂਟ ਹੈਗੀ ਆ ਔਰ ਮੈਂ ਪਹਿਲਾਂ ਨਾਲੋਂ ਕਿੰਨਾ ਫਰਕ ਆ ਫੰਕਸ਼ਨਿੰਗ ਸੀਐਮ ਦੀ ਹਲੇ ਤਿੰਨ ਦਿਨ ਹੋਇਆ ਸੀਐਮ ਸਾਹਿਬ ਨੂੰ ਲੇਕਿਨ ਤਿੰਨ ਦਿਨ ਚ ਉਹਨਾਂ ਨੇ ਕਮਾਲ ਕਰ ਦਿੱਤੀ ਹੈ ਦੇ ਅੰਦਰ ਕੋਈ ਦ ਹਰ ਐਸਪੈਕਟ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਹਰ ਉਹ ਗੱਲ ਕੀਤੀ ਆ ਜਿਹੜੀ ਲੋਕਾਂ ਦੇ ਵਿੱਚ ਜਿਹਦੇ ਲੋਕਾਂ ਦੀ ਇੱਕ ਆਸ ਉਮੀਦ ਆ ਔਰ ਸਭ ਤੋਂ ਵੱਡੀ ਗੱਲ ਆ ਵੀ ਇੱਕ ਆਮ ਘਰੋਂ ਉੱਠ ਕੇ ਬੰਦਾ ਉਹਨੇ ਅੱਜ ਮੁੱਖ ਮੰਤਰੀ ਬਣ ਗਿਆ ਪੰਜਾਬ ਦਾ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਸੋਚ ਸੀਗੀ ਵੀ ਇਸ ਸੋਚ ਨੂੰ ਉਹਨਾਂ ਨੇ ਅੱਗੇ ਲਿਆਂਦਾ ਔਰ ਇੱਕ ਅੱਜ ਇੱਕ ਬਹੁਤ ਲੋਕਾਂ ਦੀ ਐਸਪੀਰੇਸ਼ਨਸ ਜਾਗੀਆਂ ਇਹ ਨਹੀਂ ਇਕੱਲੇ ਮੁੱਖ ਮੰਤਰੀ ਵਾਸਤੇ ਜਾਗੀਆਂ ਕਿਸੇ ਦੀ ਕਿਸੇ ਆਪਣੇ ਬਿਜ਼ਨਸ ਹੈਡ ਵਿੱਚ ਕੰਪਨੀ ਜਾਗੂਗੀ ਕਿਸੇ ਦੀ ਨੌਕਰੀਆਂ ਵਿੱਚ ਜਾਗੂਗੀ ਇੱਕ ਯੰਗ ਐਸਪੀਰੇਸ਼ਨ ਆਮ ਆਦਮੀ ਦੀ ਜਾਗੀ ਆ ਇਹ ਇਸ ਚੀਜ਼ ਤੋਂ ਸਭ ਤੋਂ ਵੱਡਾ ਮੇਰੇ ਹਿਸਾਬ ਨਾਲ ਐਗਜ਼ਾਮਪਲ ਆ ਵੀ ਲੋਕਾਂ ਨੂੰ ਲੱਗਾ ਵੀ ਨਹੀਂ ਯਾਰ ਇਹ ਇਹ ਮੇਰੇ ਤੋਂ ਬਾਹਰ ਦਾਇਰੇ ਨਹੀਂ ਹੈਗੇ ਆ ਇਸ ਦਾਇਰਿਆਂ ਦੇ ਵਿੱਚ ਅਸੀਂ ਵੀ ਆ ਸਕਦੇ ਆ ਭਾਵੇਂ ਉਹ ਕੰਪਨੀਆਂ ਦੇ ਦਾਇਰੇ ਹੋਣ ਭਾਵੇਂ ਉਹ ਮੁੱਖ ਮੰਤਰੀ ਦੇ ਦਾਇਰੇ ਹੋਣ ਭਾਵੇਂ ਉਹ ਕਿਸੇ ਬਿਜ਼ਨਸ ਫੀਲਡ ਹੋਵੇ ਭਾਵੇਂ ਕੋਈ ਵੀ ਫੀਲਡ ਹੋਵੇ ਉਹਦੇ ਵਿੱਚ ਯੰਗ ਨੂੰ ਇੱਕ ਕਿਸੇ ਆਮ ਬੰਦੇ ਨੂੰ ਇਹ ਲੱਗਾ ਹਾਂ ਯਾਰ ਮੈਂ ਵੀ ਕਰ ਸਕਦਾ ਅਗਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਆ ਔਰ ਇੱਕ ਆਮ ਕਰੋ ਉੱਠ ਕੇ ਤੇ ਕਿਉਂ ਨਹੀਂ ਅਸੀਂ ਵੀ ਬਣ ਸਕਦੇ ਇਨਸਪਾਇਰ ਕੀਤਾ ਉਹਨਾਂ ਨੇ ਔਰ ਇਹ ਮੈਸੇਜ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ ਬਰਿੰਦਰ ਢਿੱਲੋਂ ਤਾਂ ਇਹ ਸੀਗੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਜਿਨ੍ਹਾਂ ਨੇ ਕਿਹਾ ਸਾਨੂੰ ਹਜੇ ਵੀ ਕੈਪਟਨ ਰਵਿੰਦਰ ਸਿੰਘ ਤੋਂ ਆਸ ਹੈ ਉਮੀਦ ਹੈ ਵੀ ਉਹ ਕਾਂਗ ਇਹ ਜੇ ਕੋਈ ਵੀ ਸਟੈਪ ਨਹੀਂ ਚੱਕਣਗੇ ਜਿਸ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਵੇ ਆਉਣ ਵਾਲੀਆਂ ਚੋਣਾਂ ਚੰਡੀਗੜ੍ਹ ਤੋਂ ਕੈਮਰਾਮੈਨ ਮਨਪ੍ਰੀਤ ਸਿੰਘ ਨਾਲ ਮੈਸ਼ੂਪ ਕਰਮਨ ਢਾਲੀਵਾਲ ਪ੍ਰੋ ਪੰਜਾਬ ਟੀਵੀ